ਅਨੁਸਾਰ ਦਸਮ ਦੁਆਰ ਕੀ ਹੈ, ਕਿਉਂਕਿ ਇਹਦੇ ਬਾਰੇ ਬੜੇ ਵੱਡੇ ਭੁਲੇਖੇ ਨੇ ਕਈਆਂ ਦੇ ਦਿਮਾਗ ਵਿੱਚ। ਕੋਈ ਲਾਈਟ ਲੱਭ ਰਿਹਾ, ਜਿਵੇਂ ਦੇਹਧਾਰੀਆਂ ਬਾਬੇ ਨੇ ਆਖਿਆ ਤੁਹਾਡੇ ਇੱਥੇ ਚਾਨਣ ਹੋ ਜਾਏਗਾ। ਗੁਰਮਤ ਮੁਤਾਬਕ ਤਾਂ ਜਿਸ ਨੂੰ ਆਪਾਂ ਸੋਝੀ ਕਹਿੰਦੇ ਹਾਂ, ਜਿਵੇਂ ਗੁਰਬਾਣੀ ਵਿੱਚ ਆਪਾਂ ਪੜ੍ਹਦੇ ਹਾਂ ਵੀ ਗੁਰੂ ਦੁਆਰੇ ਹੋਏ ਸੋਝੀ ਪਾਏ ਸੀ, ਜਦੋਂ ਤੁਹਾਨੂੰ ਸੋਝੀ ਆ ਗਈ, ਤੁਹਾਡਾ ਵਧੀਆ ਜੀਵਨ ਬਣ ਗਿਆ, ਤੁਸੀਂ ਚੰਗੇ ਮਾੜੇ ਕੰਮ ਦੀ ਪਰਖ ਕਰਨ ਲੱਗ ਪਏ। ਕਿਉਂਕਿ ਅੱਜ ਇਹ ਸ਼ਬਦਾਂ ਦਾ ਨਾਂ ਲੈ ਕੇ ਬਹੁਤ ਡੇਰੇਦਾਰਾਂ ਨੇ ਆਪਣੀਆਂ ਦੁਕਾਨਾਂ ਖੋਲ੍ਹੀਆਂ ਹੋਈਆਂ ਨੇ ਵੀ ਭਾਈ ਸਾਡੇ ਕੋਲ ਆਓ, ਅਸੀਂ ਤੁਹਾਡਾ ਦਸਮ ਦੁਆਰ ਖੋਲ੍ਹ ਦੇਵਾਂਗੇ। ਪਾਵੇ ਕਿ ਜਦੋਂ ਮਨੁੱਖ ਚੰਗੇ ਮਾੜੇ ਕੰਮ ਦੀ ਇੱਦਾਂ ਦੇ ਵੀ ਭੁਲੇਖੇ ਸਮਾਜ ਵਿੱਚ ਪਾਏ ਜਾਂਦੇ ਨੇ ਵੀ ਮੈਨੂੰ ਕਿੱਦਾਂ ਪਤਾ ਲੱਗੇਗਾ ਜੀ ਦਸਵਾਂ ਦੁਆਰ ਮੇਰਾ ਖੁੱਲ੍ਹਾ ਹੈ ਕਿ ਨਹੀਂ ਖੁੱਲ੍ਹਾ। ਪਹਿਲੀ ਗੱਲ ਤਾਂ ਇਸ ਗੱਲ ਨੂੰ ਸਮਝਣਾ ਹੈ ਕਿ ਜਦੋਂ ਮਨੁੱਖ ਚੰਗੇ ਮਾੜੇ ਕੰਮ ਦੀ ਪਰਖ ਕਰਨ ਲੱਗ ਪਿਆ, ਜਿਵੇਂ ਇੱਕ ਸ਼ਬਦ ਆਉਂਦਾ ਹੈ ਨਾ ਦੀਜੇ ਬੁੱਧ ਵਿਵੇਕਾ, ਜਿਵੇਂ ਵਿਵੇਕ ਬੁੱਧ, ਵਿਵੇਕ ਬੁੱਧ ਅਰਥ ਕੀ ਹੈ, ਚੰਗੇ ਮਾੜੇ ਕੰਮ ਦੀ ਪਰਖ ਕਰਨ ਵਾਲੀ ਬੁੱਧ। ਉਸ ਤੋਂ ਬਾਅਦ ਹੁਣ ਚੰਗੇ ਮਾੜੇ ਕੰਮ ਦੀ ਪਰਖ ਤਾਂ ਹਰ ਇੱਕ ਨੂੰ ਹੈ, ਚੋਰ ਨੂੰ ਵੀ ਪਤਾ ਹੈ ਚੋਰੀ ਕਰਨੀ ਮਾੜੀ ਹੈ, ਕੀ ਉਹਦੇ ਕੋਲ ਵਿਵੇਕ ਬੁੱਧ ਹੈ? ਨਹੀਂ। ਚੰਗੇ ਮਾੜੇ ਕੰਮ ਦੀ ਪਰਖ ਕਰਨ ਤੋਂ ਬਾਅਦ ਮਨੁੱਖ ਚੰਗੇ ਕੰਮ ਨੂੰ ਤਰਜੀਹ ਦੇਵੇ, ਕਰੇ ਚੰਗਾ ਕੰਮ, ਇਹ ਵਿਵੇਕ ਬੁੱਧ ਹੈ। ਉਹ ਤਾਂ ਨਸ਼ਾ ਪੀਣ ਵਾਲੇ ਨੂੰ ਵੀ ਪਤਾ ਹੈ ਕਿ ਨਸ਼ਾ ਪੀਣਾ ਮਾੜਾ ਹੈ, ਉਹ ਤਾਂ ਬੋਤਲ ਦੇ ਉੱਤੇ ਵੀ ਲਿਖਿਆ ਹੋਇਆ ਵੀ ਸਿਹਤ ਲਈ ਹਾਨੀਕਾਰਕ, ਇਹਦਾ ਅਰਥ ਉਹਦੇ ਕੋਲ ਵਿਵੇਕ ਬੁੱਧ ਹੈ। ਵਿਵੇਕ ਬੁੱਧ ਦਾ ਅਰਥ ਹੈ ਵੀ ਚੰਗੇ ਮਾੜੇ ਕੰਮ ਦੀ ਪਰਖ ਕਰਨ ਤੋਂ ਬਾਅਦ ਮਨੁੱਖ ਚੰਗੇ ਕੰਮ ਨੂੰ ਤਰਜੀਹ ਦੇਵੇ, ਭਾਵ ਵਧੀਆ ਜੀਵਨ ਜੀਵੇ, ਜਿਹਦੇ ਨਾਲ ਮਨੁੱਖ ਆਪਣੀ ਜ਼ਿੰਦਗੀ ਦੇ ਸੋਹਣੇ ਫੈਸਲੇ ਅਤੇ ਚੰਗਾ ਜੀਵਨ ਜੀਅ ਸਕੇ। ਦੀਜੇ ਬੁੱਧ ਵਿਵੇਕਾ, ਤੋ ਇੱਦਾਂ ਸਮਝੋ ਇੱਦਾਂ ਦਾ, ਕਿਉਂਕਿ ਇੱਦਾਂ ਦੇ ਸ਼ਬਦਾਂ ਦੇ ਭੁਲੇਖੇ ਪਾ ਕੇ ਕੋਈ ਕਿਸੇ ਬਾਬੇ ਦੇ ਚੁੰਗਲ 'ਚ ਫਸਿਆ ਜੀ ਮੈਂ ਉੱਥੋਂ ਦਸਮ ਦੁਆਰ ਖਿਲਾਉਣ ਜਾਣਾ, ਕੋਈ ਕਿਸੇ ਨੂੰ ਦੱਸ ਰਿਹਾ ਜੀ ਇੱਥੇ ਚਾਨਣ ਹੋ ਜਾਏਗਾ, ਇੱਦਾਂ ਦੇ ਸ਼ਬਦਾਂ ਨਾਲ ਬਹੁਤ ਜ਼ਿਆਦਾ ਲੋਕ ਗੁੰਮਰਾਹ ਹੋ ਰਹੇ ਨੇ। ਜਿਵੇਂ ਪਿੱਛੇ ਜੇ ਆਪ ਜੀ ਨੂੰ ਪਤਾ ਹੋਏਗਾ ਕਿ ਪੰਜਾਬ ਦੀ ਧਰਤੀ 'ਤੇ ਇੱਕ ਮੋਗੇ ਲਾਗੇ ਬਹੁਤ ਵੱਡਾ ਡੇਰਾ ਪ੍ਰਚਲਿਤ ਸੀ, ਜਿੱਥੋਂ ਲੋਕ ਆਮ ਇਹ ਡਿਗਰੀਆਂ ਲੈਣ ਵਾਸਤੇ ਜਾਂਦੇ ਸੀ, ਆਪਣੇ ਦਸਮ ਦੁਆਰ ਖਿਲਾਉਣ ਦੇ ਭੁਲੇਖਿਆਂ ਵਿੱਚ ਪਏ ਹੋਏ ਸੀ ਵੀ ਸ਼ਾਇਦ ਉੱਥੋਂ ਸਾਡਾ ਦਸਮ ਦੁਆਰ ਖੁੱਲ੍ਹ ਜਾਏਗਾ। ਭਾਵ ਇੱਦਾਂ ਦੇ ਸ਼ਬਦਾਂ ਨਾਲ ਗੁੰਮਰਾਹ ਕੀਤਾ ਜਾ ਰਿਹਾ ਹੈ। ਜਦੋਂ ਮਨੁੱਖ ਗੁਰੂ ਦੇ ਕੋਲੋਂ ਸੱਚੀ ਮੱਤ ਲੈ ਕੇ ਵਧੀਆ ਜੀਵਨ ਜਿਉਂਦਾ ਹੈ, ਵਿਕਾਰਾਂ ਵਾਲੇ ਜੀਵਨ ਤੋਂ ਤੌਬਾ ਕਰਕੇ ਸਦਾਚਾਰੀ ਕਰੈਕਟਰ ਵਾਲਾ ਜੀਵਨ ਜਿਉਂਦਾ ਹੈ, ਅਤੇ ਸਮਝ ਲਓ ਮਨੁੱਖ ਦਾ ਦਸਮ ਦੁਆਰ ਭਾਵ ਉਹ ਸੋਝੀ ਜਿਹਨੂੰ ਆਪਾਂ ਬਾਣੀ ਵਿੱਚ ਪੜ੍ਹਦੇ ਹਾਂ ਕਿ ਮਨੁੱਖ ਉਸ ਸੋਚ ਦਾ ਮਾਲਕ ਬਣ ਗਿਆ ਜਿਹੜੀ ਸੋਚ ਗੁਰੂ ਪਾਤਸ਼ਾਹ ਦੀ ਬਾਣੀ ਸਾਡੇ ਜੀਵਨ 'ਚ ਲਿਆਉਣਾ ਚਾਹੁੰਦੀ ਹੈ।